ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਅੱਜ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਮੀਰੀ ਪੀਰੀ ਦਿਵਸ ਆ। ਮੈਂ ਸਮਝਦਾ ਕਿ ਇੱਕ ਜ਼ੁਲਮ ਦੇ ਖਿਲਾਫ ਜਦੋਂ ਗੁਰੂ ਸਾਹਿਬਾਨ ਨੇ ਇਹ ਸੋਚਿਆ ਕਿ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਉੱਥੇ ਕੌਮ ਦੇ ਵਿੱਚ ਜੁਰਤ ਫੂਕਣੀ ਵੀ ਜ਼ਰੂਰੀ ਹੈ, ਅਤੇ ਛੇਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨ ਕੇ ਮੀਰੀ ਪੀਰੀ ਦਾ ਕੰਸੈਪਟ ਦਿੱਤਾ, ਔਰ ਉਸੇ ਹੀ ਪਾਤਸ਼ਾਹ ਨੇ ਸਾਨੂੰ ਅਕਾਲ ਤਖਤ ਵੀ ਬਖਸ਼ਿਆ। ਉਹਨਾਂ ਨੇ ਸ਼ਸਤਰਾਂ ਦੀ ਵਿੱਦਿਆ, ਮੱਲ ਅਖਾੜੇ, ਸ਼ਸਤਰ ਰੱਖਣੇ, ਚੰਗੇ ਘੋੜੇ ਰੱਖਣੇ, ਨਗਾੜਾ ਵਜਾਉਣਾ, ਤਖਤ 'ਤੇ ਬਹਿਣਾ, ਮੈਂ ਸਮਝਦਾ ਇੱਕ ਨਵਾਂ ਕੰਸੈਪਟ ਸਿੱਖ ਧਰਮ ਦੇ ਵਿੱਚ ਛੇਵੇਂ ਪਾਤਸ਼ਾਹ ਤੋਂ ਆਇਆ। ਮੈਂ ਸਮਝਦਾ ਵਾਂ ਕਿ ਇਹ ਇੱਕ ਐਸਾ ਇਸ਼ੂ ਹੈਗਾ ਜਿਹੜਾ ਬੜੇ ਸਮੇਂ ਤੋਂ ਅਕਾਲੀ ਦਲ ਨੂੰ ਘੇਰਦਾ, ਔਰ ਅਕਾਲੀ ਦਲ ਨੇ ਨੁਕਸਾਨ ਵੀ ਖਾਧੇ ਨੇ ਕਿ ਡੇਰਾ ਮਾਫੀ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋ ਜਾਵੇ, ਬਰਗਾੜੀ ਹੋ ਜਾਵੇ, ਅਤੇ ਅਕਾਲ ਤਖਤ ਜਿਹੜਾ ਉਹ ਸੁਪਰੀਮ ਹੈ। ਕੋਈ ਦੁਨੀਆ 'ਤੇ ਐਸਾ ਧਰਮ ਨਹੀਂ ਹੈ ਜਿਹੜਾ ਕੋਈ ਕਿਸੇ ਨੂੰ ਤਲਬ ਕਰ ਸਕਦਾ ਹੋਵੇ। ਸਿੱਖ ਧਰਮ ਦੇ ਵਿੱਚ ਇੱਕ ਕੰਸੈਪਟ ਹੈ ਪੰਜ ਪਿਆਰਿਆਂ ਦਾ, ਅਕਾਲ ਤਖਤ ਸਾਹਿਬ ਦਾ, ਕਿ ਜਿਹੜੇ ਕਿਸੇ ਵੀ ਵੱਡੇ ਤੋਂ ਵੱਡੇ, ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਪੇਸ਼ ਹੋਏ ਨੇ, ਇੱਥੇ ਮੁੱਖ ਮੰਤਰੀ ਵੀ ਪੇਸ਼ ਹੁੰਦੇ ਰਹੇ ਨੇ, ਅਤੇ ਜੇ ਉਹਨਾਂ ਨੇ ਸਰ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਔਰ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ, ਮੈਂ ਸਮਝਦਾ ਇਹ ਠੀਕ ਗੱਲ ਹੈ। ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਸੰਗਤ ਵੀ ਇਹੀ ਚਾਹੁੰਦੀ ਹੈ ਕਿ ਉਹਦਾ ਖੁਲਾਸਾ ਹੋਣਾ ਚਾਹੀਦਾ ਕੀ ਕਾਰਨ ਬਣੇ ਸੀਗੇ, ਕਿਉਂ ਹੋਇਆ ਸੀਗਾ। ਉਹ ਸਰ ਸੁਖਬੀਰ ਸਿੰਘ ਬਾਦਲ ਇੱਥੇ, ਮੈਨੂੰ ਪੂਰੀ ਉਮੀਦ ਹੈ ਕਿ ਉਹ ਆਉਣਗੇ ਔਰ ਆਪਣਾ ਸਪਸ਼ਟੀਕਰਨ ਦੇਣਗੇ। ਦੇਖੋ, ਸਿਰਸਾ ਸਾਹਿਬ ਦਾ ਤਾਂ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ, ਗੁਜਰਾਤੀ ਨੇ, ਅਤੇ ਮੈਨੂੰ ਕੀ ਕਿਹਾ ਜਾਏਗਾ, ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ। ਮੈਂ ਸਮਝਦਾ ਵਾਂ ਕਿ ਅੱਜ ਇੰਨੇ ਸਾਲ ਹੋ ਗਏ ਨੇ ਉਹ ਘਪਲਿਆਂ ਦੇ ਵਿੱਚ, ਇਹਨਾਂ ਨੇ ਅੱਜ ਤੱਕ ਕੋਈ ਸਬੂਤ, ਕੋਈ ਇੱਦਾਂ ਦੀ ਗੱਲ ਪੇਸ਼ ਕੀਤੀ? ਹਰਮੀਤ ਸਿੰਘ ਕਾਲਕਾ 'ਤੇ ਆਟਾ ਵੇਚਣ ਦਾ ਲੱਗਾ ਸੀਗਾ, ਸਰਸਾ ਸਾਹਿਬ ਦੇ ਉੱਤੇ ਵੀ ਦੋ ਤਿੰਨ ਮੁਕੱਦਮੇ ਪਏ ਸੀਗੇ, ਜਿਨ੍ਹਾਂ ਦੀ ਮੈਂ ਸਮਝਦਾ ਵਾਂ ਕਿ ਅਪੀਲਾਂ ਦੇ ਵਿੱਚ ਉਹ ਗਏ ਹੋਏ ਨੇ। ਮੈਂ ਸਮਝਦਾ ਵਾਂ ਕਿ ਇਹ ਇਲਜ਼ਾਮਾਂ ਦੀ ਗੱਲ ਨਹੀਂ, ਸਾਹਮਣੇ ਕੀ ਅੱਜ ਨਿਕਲ ਕੇ ਆਇਆ ਉਹਦੀ ਗੱਲ ਕਰਨੀ ਚਾਹੀਦੀ ਹੈ। ਅੰਮ੍ਰਿਤਪਾਲ ਦੇ ਭਰਾ ਦੇ ਉੱਤੇ ਨਸ਼ੇ ਦਾ ਜਿਹੜਾ ਇਲਜ਼ਾਮ ਲੱਗਾ, ਕਿਵੇਂ ਵੇਖਦੇ ਹੋ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੇ? ਦੇਖੋ, ਅੱਜ ਦੀ ਸਟੇਜ ਦੇ ਵਿੱਚ ਮੈਂ ਇਸ ਗੱਲ ਦੇ ਉੱਤੇ ਨਹੀਂ ਕੋਈ ਗੱਲ ਕਹਿਣੀ ਚਾਹੁੰਦਾ। ਜੇ ਸਰਕਾਰ ਨੇ ਇਹ ਇਲਜ਼ਾਮ ਲਾਏ ਨੇ ਤਾਂ ਫਿਰ ਪ੍ਰੂਵ ਕਰਨ ਉਹਨਾਂ ਦੇ ਉੱਤੇ, ਫਿਰ ਆਪਾਂ ਗੱਲ ਕਰਾਂਗੇ। ਲੇਕਿਨ ਇਹ ਜ਼ਰੂਰ ਰਿਹਾ ਸਰਕਾਰਾਂ ਦਾ ਕਿ ਹੁਣੇ ਤੁਸੀਂ ਦੇਖਿਆ ਸੀਗਾ ਕਿ ਇੱਥੇ ਜਿਹੜੇ ਹਾਈਜੈਕਰ ਸੀਗੇ ਉਹਨਾਂ ਦਾ ਭੋਗ ਪਿਆ ਸੀਗਾ। ਇਸ ਮੁਲਕ ਦੇ ਵਿੱਚ ਹਮੇਸ਼ਾ ਇੱਕ ਤਰਫਾ ਕੰਮ ਹੁੰਦਾ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰ ਲੈਣ, ਇੰਦਰਾ ਗਾਂਧੀ ਗ੍ਰਿਫਤਾਰ ਹੁੰਦੀ ਹੈ ਤਾਂ ਉਹਨਾਂ ਨੂੰ ਵਜ਼ੀਰੀਆਂ ਅਤੇ ਉਹਨਾਂ ਨੂੰ MP ਬਣਾਇਆ ਜਾਂਦਾ, ਅਤੇ ਜੇ ਸਿੱਖ ਨੇ ਕਿਸੇ ਨੇ ਹਾਈਜੈਕ ਕੀਤਾ ਉਸਨੂੰ ਉੱਥੇ ਗੋਲੀ ਮਾਰ ਦਿੱਤੀ ਜਾਂਦੀ ਹੈ। ਜੇ ਕੋਈ ਬਚ ਗਿਆ
14 ਸਾਲ ਬਾਹਰ ਪੌਂਟਾ ਸਾਹਿਬ ਵਾਲੇ ਸਤਨਾਮ ਸਿੰਘ ਹਾਈਜੈਕਰ 14 ਸਾਲ ਜੇਲ੍ਹ ਕੱਟ ਕੇ ਆਉਂਦੇ ਨੇ, ਹਿੰਦੁਸਤਾਨ 'ਚ ਆਉਂਦੇ ਨੇ, ਦੁਬਾਰਾ ਉਹਨਾਂ 'ਤੇ ਮੁਕੱਦਮਾ ਪਾਇਆ ਜਾਂਦਾ। ਮੁਕੱਦਮਾ ਅਸੀਂ ਲੜਿਆ ਸੀ ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ, ਉਹਨਾਂ ਨੂੰ ਬਰੀ ਕਰਾਇਆ ਸੀਗਾ। ਮੈਂ ਸਮਝਦਾ ਕਿ ਪਾਂਡੇ ਬ੍ਰਦਰਸ ਨੂੰ ਕਦੀ ਉਹਨਾਂ 'ਤੇ ਮੁਕੱਦਮਾ ਚਲਾਇਆ, ਜਿਹਨਾਂ ਨੂੰ ਵਜ਼ੀਰ ਵੀ ਬਣਾ ਦਿੱਤਾ, ਜਿਹਨਾਂ ਨੂੰ MP ਵਜਾ ਦਿੱਤਾ। ਮੈਂ ਸਮਝਦਾ ਕਿ ਇਸੇ ਕਰਕੇ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਨਾ ਕਿ ਅੰਮ੍ਰਿਤਪਾਲ ਜੀ ਦੇ ਭਰਾ ਦੇ ਉੱਤੇ ਜਿਹੜਾ ਕੇਸ ਪਾਇਆ, ਉਹ 'ਤੇ ਸਾਨੂੰ ਵੀ ਸ਼ੱਕ ਲੱਗਦਾ ਕਿ ਇਹ ਠੀਕ ਵੀ ਹੈ ਕਿ ਨਹੀਂ ਹੈ। ਦੇਖੋ, ਇਹ ਤੁਸੀਂ ਟਿੰਮਾ ਜੀ ਦੀ ਗੱਲ ਕਰਦੇ ਹੋ, ਮੈਂ ਆਪਣੀ ਗੱਲ ਕਰ ਦਿੰਦਾ। ਮੇਰੇ 'ਤੇ ਟਰਾਂਜ਼ਿਸਟਰ ਬੰਬ ਪਾਇਆ ਸੀਗਾ, ਉਹਦਾ ਕੇਸ ਪਾਇਆ ਸੀ। ਮੇਰੇ ਉੱਤੇ ਮਰਡਰ ਕੇਸ ਪਾਏ ਸੀਗੇ, ਮੇਰੇ ਉੱਤੇ ਇਹਨਾਂ ਨੇ ਦੇਸ਼ ਦਰੋਹ ਦੇ ਕੇਸ ਪਾਏ ਸੀਗੇ। ਉਹ ਸਾਰੇ ਕੇਸ ਮੈਨੂੰ 85 'ਚ ਪਏ ਸੀ ਔਰ 91 'ਚ ਮੈਂ ਜਾ ਕੇ 6 ਸਾਲਾਂ ਬਾਅਦ ਜਿੱਤਿਆ ਸੀ, ਬਰੀ ਹੋਇਆ ਸੀ। ਇਹ ਝੂਠੇ ਕੇਸ ਬਣਾਉਂਦੇ ਨੇ। ਇਹ ਕਿਸੇ ਵੀ ਤਰੀਕੇ ਜਿਹੜੀ ਵੀ ਆਵਾਜ਼ ਸਰਕਾਰਾਂ ਦੇ ਖਿਲਾਫ ਉੱਠਦੀ ਹੋਵੇ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਦੇ। ਮੈਂ ਇਹ ਕਹਾਂਗਾ ਕਿ ਉਸਦੀ ਦੁਰਵਰਤੋਂ ਜਿਹੜੀ ਹੈ ਨਾ, ਉਹ ਇਹਨਾਂ ਨੂੰ ਕਟਕਰੇ 'ਚ ਖੜੀ ਕਰਦੀ ਹੈ। ਘੱਟ ਗਿਣਤੀਆਂ ਦੇ ਖਿਲਾਫ ਇਹ ਵਰਤੇ ਜਾਂਦੇ ਨੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।